ਪ੍ਰਧਾਨ ਮੰਤਰੀ ਬਾਜੇ ਦੇ ਨਾਲ ਹੋਇਆ ਕੀ ਹੈ, ਆਖਿਰਕਾਰ ਕੀ ਕਾਰਨ ਬਣਿਆ ਉਹਦੀ ਸਿਹਤ ਖਰਾਬ ਹੋਣ ਦਾ, ਔਰ ਖਾਸ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਕੀ ਕੁਝ ਹੋਇਆ, ਜਾਂ ਫਿਰ ਉਹ ਪਹਿਲਾਂ ਹੀ ਬਿਮਾਰ ਸੀ? ਗੱਲਾਂ ਕੀਤੀਆਂ ਜਾ ਰਹੀਆਂ ਕਿ ਦਿਮਾਗੀ ਤੌਰ ਦੇ ਉੱਤੇ ਅਸਥਿਰ ਸੀਗਾ ਉਹ, ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਤਾਂ ਇਸ ਗੱਲ ਨੂੰ ਨਕਾਰ ਦਿੱਤਾ ਕਿ ਇੱਦਾਂ ਦੀ ਤਾਂ ਕਦੀ ਕੋਈ ਗੱਲ ਹੀ ਨਹੀਂ ਸੀ। ਹਾਲਾਂਕਿ ਉਹਦੇ ਮਾਤਾ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਖੂਨ ਪ੍ਰਧਾਨ ਮੰਤਰੀ ਬਾਜੇ ਦਾ ਕੁਝ ਸੰਘਣਾ ਸੀ, ਔਰ ਹੋ ਸਕਦਾ ਕਿ ਸ਼ਾਇਦ ਉਹਦੇ ਕਰਕੇ ਕੋਈ ਦਿੱਕਤ ਪਰੇਸ਼ਾਨੀ ਆਈ ਹੋਵੇ, ਪਰ ਇਸ ਤੋਂ ਲੈਦਾ ਉਹਨਾਂ ਨੇ ਕਿਹਾ ਕਿ ਹੋਰ ਉਹਨੂੰ ਕੋਈ ਵੀ ਦਿੱਕਤ ਜਾਂ ਕੋਈ ਪ੍ਰੋਬਲਮ ਨਹੀਂ ਸੀ। ਪ੍ਰਧਾਨ ਮੰਤਰੀ ਬਾਜੇ ਨੂੰ ਲੈ ਕੇ ਖਬਰ ਸਾਹਮਣੇ ਆਈ ਸੀ ਕਿ ਅਚਾਨਕ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ, ਜਿਸ ਤੋਂ ਬਾਅਦ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਸਾਮ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ NSA ਲੱਗੀ ਹੋਈ ਹੈ, ਔਰ ਪਰਿਵਾਰ ਦਾ ਕਹਿਣਾ ਆ, ਖਾਸ ਕਰਕੇ ਮਾਂ ਦਾ ਕਹਿਣਾ ਆ, ਕਿ ਪਿਛਲੇ 16 ਮਹੀਨਿਆਂ ਤੋਂ ਮੁਲਾਕਾਤ ਹੀ ਨਹੀਂ ਹੋ ਸਕੀ ਪ੍ਰਧਾਨ ਮੰਤਰੀ ਬਾਜੇ ਦੇ ਨਾਲ, ਭਗਵੰਤ ਸਿੰਘ ਨਾਲ। ਖੈਰ, ਫੋਨ ਦੇ ਉੱਤੇ ਗੱਲਬਾਤ ਕਹਿੰਦੇ ਹੋਈ ਆ, ਜ਼ਰੂਰ ਹੋਈ ਹੈ, ਪਰ ਮੁਲਾਕਾਤ ਨਹੀਂ ਹੋ ਸਕੀ। ਪਰ ਦੂਜੇ ਪਾਸੇ ਪਿਤਾ ਦਾ ਕਹਿਣਾ ਆ ਕਿ ਦਿਮਾਗੀ ਅਸਥਿਰਤਾ ਦੱਸੀ ਜਾ ਰਹੀ ਹੈ, ਉਹ ਹਰਗਿਜ਼ ਗਲਤ ਆ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਦੀ ਕੋਈ ਗੱਲ ਸੀਗੀ ਹੀ ਨਹੀਂ ਪ੍ਰਧਾਨ ਮੰਤਰੀ ਬਾਜੇ ਨੂੰ, ਅਤੇ ਉਹ ਅਚਾਨਕ ਇਸ ਤਰ੍ਹਾਂ ਕਿੱਦਾਂ ਹੋ ਸਕਦਾ। ਖੈਰ, ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਪਰਿਵਾਰ ਦਾ ਪਹਿਲਾਂ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪੇ ਤਾਂ ਮਿਲ ਕੇ ਆਏ, ਤਾਂ ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਚੜ੍ਹਦੀ ਕਲਾ ਦੇ ਵਿੱਚ ਹੈ, ਪਰ ਇਹ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਉਹਦੀ ਸਿਹਤ ਖਰਾਬ ਹੈ। ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਉਹਨਾਂ ਨੂੰ ਗਲਤ ਦੱਸਿਆ, ਜਾਂ ਉਹਨਾਂ ਨੂੰ ਦੱਸਿਆ ਨਹੀਂ, ਜਾਂ ਫਿਰ ਪਤਾ ਨਹੀਂ ਕੀਤਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਵਾਦ ਹੋ ਸਕਦਾ, ਕਿਉਂਕਿ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਨਹੀਂ ਹੈ। ਹਾਲਾਂਕਿ ਜ਼ਰੂਰ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਕੰਸਨਟ੍ਰੇਟ ਕਰ ਦਿੱਤਾ ਗਿਆ, ਪੂਰੀਆਂ ਇਲੈਕਸ਼ਨਸ ਦੇ ਵਿੱਚ ਉਹਨਾਂ 'ਤੇ ਕੰਸਨਟ੍ਰੇਟ ਕੀਤਾ ਜਾਂਦਾ ਰਿਹਾ, ਪਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਮੌਜੂਦ ਨੇ, 9 ਦੇ ਕਰੀਬ ਸਾਥੀ ਜਿਹੜੇ ਉੱਥੇ ਹੈਗੇ ਨੇ, NSA ਦੇ ਤਹਿਤ ਸਜ਼ਾ ਕੱਟ ਰਹੇ ਨੇ, ਉਹਨਾਂ ਦੀ ਸੁੱਖ ਸਾਂਝ ਲੈਣ ਵਾਲਾ ਸ਼ਾਇਦ ਕੋਈ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਬਾਜੇ ਦੀ ਸਿਹਤ ਬਾਰੇ ਜਦੋਂ ਚਰਚਾ ਉੱਠੀ ਤਾਂ ਉਦੋਂ ਪਤਾ ਲੱਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪੇ ਤਾਂ ਮਿਲ ਚੁੱਕੇ ਨੇ, ਮਿਲ ਕੇ ਜਾ ਚੁੱਕੇ ਨੇ, ਪਰ ਉਦੋਂ ਪਰਿਵਾਰ ਨੂੰ ਤਾਂ ਇਹੀ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਠੀਕ ਹੈ, ਚੜ੍ਹਦੀ ਕਲਾ ਦੇ ਵਿੱਚ, ਹੋ ਸਕਦਾ ਉਦੋਂ ਠੀਕ ਵੀ ਹੋਵੇ, ਹੋ ਸਕਦਾ ਉਦੋਂ ਸੁੱਖ ਸਾਂਦ ਹੋਵੇ, ਅਚਾਨਕ ਸਿਹਤ ਖਰਾਬ ਹੋਈ ਦਾ ਵੀ ਪਤਾ ਨਹੀਂ ਲੱਗਦਾ। ਪ੍ਰਧਾਨ ਮੰਤਰੀ ਬਾਜੇ ਕੇ ਜਿਹੜੇ ਨੇ ਉਹ ਫਿਲਹਾਲ ਹਸਪਤਾਲ ਲਿਜਾਏ ਜਾਂਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਕੀਤਾ ਜਾਂਦਾ। ਪਰਿਵਾਰ ਦਾ ਪਹਿਲਾ ਬਿਆਨ ਸਾਹਮਣੇ ਕੀ ਬੋਲੇ ਨੇ, ਆਓ ਸੁਣਦੇ ਹਾਂ। ਗੱਲ ਸਾਡੀ 3 ਮਹੀਨੇ 2.5-3 ਮਹੀਨੇ ਘੱਟੋ ਘੱਟ 3 ਮਹੀਨਿਆਂ ਦੇ ਲਾਗੇ ਹੋ ਚੱਲੀ, 2.5 ਮਹੀਨਿਆਂ ਦਾ ਉੱਤੇ ਹੀ ਹੋ ਚੱਲੀ ਹੈ ਵੀ ਗੱਲ ਸਾਨੂੰ ਉਹਨਾਂ ਕਰਾਈ ਨੂੰ, ਵੀ ਉਹਨਾਂ ਜੂੰ ਕੈਮਰੇ ਬੰਦ ਕੀਤੇ ਨੇ, ਮੈਂ ਅੰਦਰੋਂ ਹੀ ਕੈਮਰਿਆਂ ਗੱਲ ਕਰਾਉਂਦੇ ਸੀ, ਆਪਦੇ ਫੋਨਾਂ 'ਤੇ ਗੱਲ ਕਰਾਉਂਦੇ ਸੀ, ਜਦੋਂ ਦੇ ਫੋਨ ਉਹਨਾਂ ਅੰਦਰੋਂ ਬੰਦ ਕਰ ਦਿੱਤੇ ਨੇ, ਉਹ ਕਈ ਤਾਂ ਦਾ ਸੀ ਬਈ ਆਪਣੇ ਆਪ ਵੋਟਾਂ ਕਰਕੇ ਬੰਦ ਕੀਤੇ ਨੇ, ਕੋਈ ਕੁਛ ਆਖ ਦਿੰਦਾ ਸੀ, ਅਸੀਂ ਹੁਣ ਕਿ ਨਪਾੜ ਬੰਦਿਆਂ ਸੀ ਜਾਂ ਵੋਟਾਂ ਕਰਕੇ ਖਰੇ ਉਹਨਾਂ ਬੰਦ ਕਰ ਦਿੱਤੇ ਹੋਣਗੇ, ਵੀ ਵੋਟਾਂ ਦਾ ਜੇ ਜ਼ਿਆਦਾ ਕਰਨਗੇ ਤਾਂ ਜ਼ਿਆਦਾ ਖਿਲਾਰ ਹੋਵੇਗਾ, ਅਗਲਾਂ ਦਾ ਸਪੋਰਟ ਕਰੋ, ਉਹ ਕਰੋ, ਆਹ ਕਰੋ, ਤਦ ਕਰਕੇ ਬੰਦ ਕਰਤੇ ਨੇ। ਅਤੇ ਸਰਕਾਰ ਨਾਲ ਚਾਹੀਦਾ ਤਾਂ ਇਹ ਕਿਹੜੀਆਂ ਇਹਦੇ ਨਾਲ ਵੋਟਾਂ ਪੈਣੀਆਂ ਸੀ, ਕੈਮਰਿਆਂ ਥੋੜ੍ਹੀਆਂ ਆਣ ਕੇ ਇਹਨਾਂ ਫੋਨਾਂ 'ਚ ਵੋਟਾਂ ਪੈਣੀਆਂ, ਵੋਟਾਂ ਤਾਂ ਲੋਕਾਂ ਪਾਉਣੀਆਂ ਸੀ, ਜੇ ਵੋਟਾਂ ਰਾਹੀਂ ਵੀ ਚੱਲ ਇਹ ਵੀ ਕੰਮ ਕਰਦੇ, ਸਰਕਾਰ ਨੂੰ ਇਹ ਤਾਂ ਕੰਮ ਕਰਨਾ ਚਾਹੀਦਾ। ਅਸੀਂ 30-32 ਕਿਲੋਮੀਟਰ 'ਤੇ ਅਸੀਂ ਬੈਠੇ ਹਾਂ, ਇੱਥੇ ਕਿਹੜਾ ਰੋਜ਼ ਬੱਸ ਜਿਹਦੇ 10 ਰੁਪਈਏ ਦਿਆਂਗੇ ਅਤੇ ਪਹਾੜਾਂ ਦੇ ਕੇ ਅਤੇ ਉੱਤੇ ਚਲੇ ਮੋਗੇ ਜਾ ਕੇ ਫਿਰ ਮੇਲ ਆਵਾਂਗੇ, ਇੱਥੇ 40-45 ਹਜ਼ਾਰ ਰੁਪਈਆ ਲੱਗਦਾ। ਅਤੇ ਸਰਕਾਰਾਂ ਤਾਂ ਚਾਹੀਦਾ ਹੀ ਨਹੀਂ ਬੰਦ ਕਰਨੇ, ਕਹਿ ਮੋਬਾਇਲ ਤਾਂ ਸੁਵਿਧਾ ਦਿੱਤੀ ਰੱਖਦੇ ਸਾਨੂੰ, ਗਏ ਨੇ ਅਸੀਂ ਨਾਮ ਜਾਂਦੇ ਤਾਂ ਸਾਨੂੰ ਫਿਰ ਵੀ ਇੱਥੇ ਬੈਠਿਆਂ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਸੀ, ਸਾਡਾ ਜਿਹੜਾ ਜੀ ਉੱਥੇ ਸੁੱਖ ਸਾਂਦ ਇਹ ਬਹੁਤ ਚੰਗਾ ਹੈ, ਮਾੜਾ ਇਹ ਕਿਵੇਂ ਆ, ਉਹ ਹਾਲਾਤਾਂ ਦਾ ਪਤਾ ਲੱਗਦਾ ਰਹਿੰਦਾ ਸੀ। ਅੱਗੇ ਦੂਰ ਸਾਲੇ 'ਚ ਸਾਨੂੰ ਇਹੋ ਜਿਹੀ ਪਰੇਸ਼ਾਨੀ ਕਦੀ ਨਹੀਂ ਆਈ ਜਿਹੜੀ ਅੱਜ ਪਰੇਸ਼ਾਨੀ ਨਾ ਕੱਢ ਮਾਰੀਏ, ਵੀ ਕੋਈ ਆਪਣੇ ਮੁੰਡੇ ਦੀ ਕੋਈ ਅੱਜ ਕੱਲ੍ਹ ਕੋਈ ਖੂਨ ਸੰਘਣਾ, ਚਲੋ ਤਾਂ ਦਵਾਈ ਦਿਓ, ਦਵਾਈ ਤਾਂ ਅਸੀਂ ਕੋਈ ਦਵਾਈ ਕਰ ਲਈ ਕੁਛ, ਉਹਨੇ ਉੱਥੋਂ ਆਪਦੇ ਟੈਸਟ ਕਰਾ ਲੈਂਦਾ ਸੀ, ਅਸੀਂ ਉਹਨਾਂ ਉਹਦੇ 'ਚ ਟੈਸਟ ਕਰਾ ਲਿਆ, ਪੈਸਿਆਂ ਦੀ ਪੁੱਤਰ ਕੋਈ ਗੱਲ ਨਹੀਂ, ਪੈਸੇ ਅਸੀਂ ਤਾਂ ਦੇ ਦਿਆਂਗੇ, ਦੇ ਜਾਂਦੇ ਹਾਂ, ਅਤੇ ਟੈਸਟ ਤੂੰ ਕਰਾ ਲਾ, ਉਹ ਟੈਸਟ ਆਪਦੇ ਕਰਾ ਲੈਂਦੇ, ਉੱਥੋਂ ਵੀ ਕਰਾਏ ਦੇ, ਇੱਥੋਂ ਵੀ ਅਸੀਂ ਦਵਾਈ ਉਹਦੇ ਲਈ ਕਰ ਲਈ ਸੀ, ਫਿਰ ਉੱਥੋਂ ਦੀ ਦਵਾਈ ਦਵੂਈ ਲੈਣ ਲੱਗ ਪਿਆ, ਫਿਰ ਉਹ ਦਵਾਈ ਠੀਕ ਸੀ ਵਧੀਆ ਸੀ, ਕੋਈ ਗੱਲਬਾਤ ਪਰੇਸ਼ਾਨੀ ਨਹੀਂ ਇਹੋ ਜਿਹੀ, ਜੇ ਦਿਮਾਗੀ ਤੁਸੀਂ ਆਪਦੇ ਦਿਮਾਗੀ ਤਾਂ ਉਹਨੂੰ ਅੱਜ ਤਾਈਂ ਅੱਜ 30-35 ਸਾਲ ਦਾ ਹੋ ਚੱਲਿਆ, ਉਹਨੂੰ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਵੀ ਕੋਈ ਦਿਮਾਗੀ।
ਉਹਦਾ ਜਿੱਥੇ ਬਹਿ ਜਾਂਦਾ ਉੱਥੇ ਰੌਣਕ ਲਾ ਦਿੰਦਾ ਸੀ, 50 ਬੰਦੇ ਇਕੱਠੇ ਕਰ ਲੈਂਦਾ ਸੀ ਜੇ ਇੱਕ ਥਾਂ 'ਤੇ ਬਹਿ ਜਾਂਦਾ ਸੀ, ਐਡੇ ਹੱਥੇ ਮਖੌਲ ਕਰਦਾ ਸੀ ਉਹਨੂੰ ਤਾਂ ਅਗਲੇ ਬਦੋ ਬਦੀ ਬਹਾਉਂਦੇ ਸੀ, ਤੂੰ ਬਹਿ ਮੰਤਰੀ ਬਹਿ ਸਾਡੇ ਕੋਲ ਬਹਿ। ਫਿਰ ਉਹਨੇ ਕਿਸੇ ਨੂੰ ਮਾੜਾ ਨਹੀਂ ਬੋਲਣਾ, ਉਹਨੇ ਆਪਦੇ ਕੰਮ 'ਚ ਰਹਿਣਾ, ਵੀਡੀਓ ਪਾਲਾ ਕੋਈ ਇਸ ਤਰ੍ਹਾਂ ਕਰ ਲਾ, ਉਹਨੇ ਕਿਸੇ ਹੋਰ ਨਹੀਂ, ਉਹਨੇ ਕਿਸੇ ਕੰਮ 'ਚ ਨਹੀਂ ਕਿਸੇ ਨਾਲ ਮਾੜਾ ਨਹੀਂ ਕਿਸੇ ਨਾਲ ਚੰਗਾ ਕਿਸੇ ਨਾਲ ਹੋਰ ਨਹੀਂ, ਉਹਨੇ ਕੋਈ ਗੱਲਬਾਤ ਕਰਨੀ, ਉਹਨੇ ਰਾਤ ਵੀਡੀਓ ਪਾਉਣ ਚਲੇ ਜਾਣਾ, ਚਾਹੇ ਕਿਸੇ ਨਾਲ ਪਹਿਲਾਂ ਮਾੜਾ ਮੋਟਾ ਵਪਾਰ ਵਪੂਰ ਕਰਦੇ ਉਹ ਛੱਡ ਕੇ ਵੀਡੀਓ ਵੂਡੀਓ ਬੰਨੇ ਹੋ ਗਿਆ, ਅਤੇ ਉਹ ਵੀਡੀਓ ਵੀਡੀਓ ਪਾਉਂਦਾ ਸੀ ਜੀ ਸਰਕਾਰ ਨੂੰ, ਹੁਣ ਵੇਖੋ ਨਹੀਂ ਚੰਗਾ ਲੱਗਾ, ਇੱਕ ਉਹਨੇ ਅੰਮ੍ਰਿਤ ਛਕ ਲਿਆ, ਖਰੇ ਅੰਮ੍ਰਿਤ ਸਾਨੂੰ ਅੰਮ੍ਰਿਤ ਦਾ ਗਨਾਹ ਹੋ ਗਿਆ ਜਿਹੜਾ ਉਹਨੇ ਛਕ ਲਿਆ, ਅਤੇ ਸਾਨੂੰ ਜੇਲ੍ਹਾਂ ਹੁਣ ਵੇਖਣੀਆਂ ਪਈਆਂ ਨੇ ਵੀ ਸਾਨੂੰ ਤਾਂ ਹੁਣ ਗੁਰੂ ਘਰ ਮੱਥਾ ਟੇਕਣਾ ਵੀ ਨਾ ਬੜਾ, ਇਹ ਸਰਕਾਰ ਜਿਹੜਾ ਬੜਾ ਭੈੜਾ ਸਮਝੀ ਗੁਰੂ ਘਰ ਮੱਥਾ ਵੀ ਨਾ ਟੇਕਣ। ਹੁਣ ਉੱਥੋਂ ਸਾਬੋ ਕੀ ਤਲਵੰਡੀ ਤੋਂ ਮਾਰਚ ਕੱਢ ਕੇ ਲਿਆਉਣਾ ਸੀ ਅਤੇ ਇੱਥੇ ਅੰਮ੍ਰਿਤਸਰ ਖਤਮ ਕਰਨਾ ਸੀ, ਅਤੇ ਉਹ ਸਰਕਾਰ ਨੇ ਪਹਿਲਾਂ ਹੀ 5-6 ਬੰਦੇ ਉਹਦੇ ਮਾਂ ਪਿਓ ਨੂੰ ਵੀ ਚੁੱਕ, ਉਹਦੀ ਮਾਂ ਨੂੰ ਵੀ ਚੁੱਕ ਲਿਆ, ਉਹਦੇ ਚਾਚੇ 2 ਚਾਚਿਆਂ ਨੂੰ ਚੁੱਕ ਲਿਆ, 6 ਬੰਦੇ ਚੁੱਕ ਕੇ ਲੈ ਗਏ, ਅਤੇ ਮੈਂ ਥੋੜ੍ਹਾ ਪਿੱਛੇ ਰਹਿ ਗਿਆ, ਮੈਂ 10 ਕੁ ਮਿੰਟ ਨਾ ਗਿਆ ਨਹੀਂ ਤਾਂ ਮੈਨੂੰ ਉਹਨਾਂ ਨਾਲ ਚੁੱਕ ਲੈਣਾ ਸੀ। ਸਰਕਾਰਾਂ ਤੋਂ ਹੁਣ ਸਾਨੂੰ ਮੱਥਾ ਟੇਕਣ ਤੋਂ ਵੀ ਬਿਟਾਉਂਦੀਆਂ, ਮੱਥਾ ਟੇਕਣ ਵੀ ਨਾ ਗੁਰਦੁਆਰਿਆਂ 'ਚ ਜਾਣ, ਅੱਜ ਤੋਂ ਨਹੀਂ ਸਰਕਾਰਾਂ ਦਾ ਤਾਈਆਂ ਪਈਆਂ ਨੇ। ਆਖਿਰ ਸਰ ਜਿਹੜਾ ਭਗਵੰਤ ਮਾਨ ਹੈਗਾ ਤਾਂ ਸਿੱਖਾਂ ਦਾ ਮੁੰਡਾ ਹੈ, ਕਿਹੜਾ ਕਿਸੇ ਹੋਰ ਦਾ ਮੁੰਡਾ, ਅਤੇ ਨਾਲੇ ਜਿਹੜੇ ਹਿੰਦੂ ਨੇ ਉਹ ਵੀ ਵਿਚਾਰੇ ਮੁਸਲਮਾਨ ਕਿਹੜੇ, ਉਹ ਵੀ ਚੰਗੇ ਨੇ, ਜਿਹੜੇ ਹਿੰਦੂ ਨੇ ਉਹ ਵੀ ਆਪਦੇ ਦੀਨ ਦੇ ਪੱਕੇ ਨੇ, ਆਪਦੇ ਮਜ਼ਹਬ ਵਿੱਚ ਜੋ ਜੇ ਉਹ ਵੀ ਮਹਾਰਾਜ ਨੂੰ ਕੋਈ ਮੰਨਦਾ, ਕੋਈ ਆਪਣਾ ਮੰਦਿਰ 'ਚ ਜਾਂਦਾ ਹੈ, ਕੋਈ ਆਪਦੀ ਮਸਜਿਦ 'ਚ ਜਾਂਦਾ, ਉਹ ਸਾਰੇ ਜਿਵੇਂ ਜਿਵੇਂ ਆਪਦੇ ਧਰਮਾਂ 'ਤੇ ਪੱਕੇ ਨੇ, ਅਤੇ ਉਵੇਂ ਹੀ ਸਿੱਖ ਵੀ ਉਵੇਂ ਪੱਕਾ ਜਿਵੇਂ ਜਿਵੇਂ ਇਹ ਆਪਦੇ ਧਰਮ ਦਾ ਆਪਦਾ ਪੱਕਾ ਹੈ, ਉਹ ਹਿੰਦੂ ਆਪਦੇ ਧਰਮ ਦੇ ਪੱਕੇ ਨੇ, ਮੁਸਲਮਾਨ ਆਪਦੇ ਧਰਮ ਦੇ ਪੱਕੇ ਨੇ, ਕੋਈ ਕਿਸੇ ਦਾ ਨਹੀਂ ਕਿਸੇ ਨਾਲ ਦੁੱਖ ਨਹੀਂ। ਇਹ ਜਿਹੜੇ ਹਿੰਦੂ ਨੇ ਉਹ ਵੀ ਸਾਡੇ ਭਰਾ ਨੇ, ਜਿਹੜੇ ਮੁਸਲਮਾਨ ਨੇ ਉਹ ਵੀ ਸਾਡੇ ਭਰਾ ਨੇ, ਜਿਹੜੇ ਮਜ਼੍ਹਬੀ ਸਿੰਘ ਨੇ ਉਹ ਵੀ ਸਾਡੇ ਭਰਾ ਨੇ, ਉਹ ਵੀ ਸਾਡੇ ਘਰਾਂ 'ਚ ਕੰਮ ਕਰਦੇ ਨੇ, ਜਿਹੜੇ ਹਿੰਦੂ ਵੀਰ ਨੇ ਉਹਨਾਂ ਦੀਆਂ ਹੁਣ ਸ਼ਹਿਰਾਂ 'ਚ ਆੜਤਾਂ ਨੇ, ਦੁਕਾਨਾਂ ਨੇ, ਅਸੀਂ ਉਹਨਾਂ ਕੋਲ ਜਾਂਦੇ ਹਾਂ, ਸੌਦੇ ਪੱਤੇ ਲਿਆਉਣੇ ਆ, ਦੁਕਾਨਾਂ ਜਾਂਦੇ ਹਾਂ, ਸਾਡੇ ਆਧਾਰ ਸਰਦਾਰ ਉਹਨਾਂ ਨਾਲ ਚੱਲਦੇ ਹਿੰਦੂਆਂ ਭਰਾਵਾਂ ਨਾਲ, ਜੇ ਮੁਸਲਮਾਨ ਨੇ ਉਹ ਵੀ ਸਾਡੇ ਭਰਾ ਨੇ, ਸਾਡੇ ਨਾਲ ਤਾਂ ਕਿਸੇ ਨਾਲ ਵਿਤਕਰਾ ਹੀ ਨਹੀਂ ਹੈਗਾ, ਅਤੇ ਵਿਤਕਰਾ ਸਾਡੀਆਂ ਸਰਕਾਰਾਂ ਸਾਡੇ ਨਾਲ ਪਾਈ ਬੈਠੀਆਂ ਨੇ, ਕਦੀ ਕੁਛ ਕਰ ਦਿੰਦੀਆਂ, ਕਦੀ ਕੁਛ ਕਰ ਦਿੰਦੀਆਂ ਨੇ, ਇਹ ਸਰਕਾਰਾਂ ਜਿਹੜੀਆਂ ਇਹ ਹਿੰਦੂ ਮੁਸਲਮਾਨ ਨੂੰ ਹੀ ਲੜਾ ਕੇ ਰਾਜੀ ਨੇ, ਜੇ ਇਹ ਆਪਾਂ ਨੂੰ ਲੜਾਉਣਗੇ ਤਾਂ ਰਾਜ ਕਰਨਗੀਆਂ, ਜੇ ਨਾ ਲੜਾਉਣਗੇ ਤਾਂ ਇਹਨਾਂ ਨੂੰ ਪੁੱਛਣਾ ਕਿਸੇ ਨੀਗਾ। ਤੁਸੀਂ ਹੁਣ ਅਖੀਰਲੀ ਵਾਰ ਕਦੋਂ ਮਿਲ ਕੇ ਆਏ ਹੋ? ਅਖੀਰਲੀ ਵਾਰ ਸਾਨੂੰ 3 ਮਹੀਨੇ ਘੱਟ ਘੱਟ 2.5-3 ਮਹੀਨੇ ਹੋ ਚੱਲੇ ਮਿਲੇ ਨੂੰ। ਮਿਲਣ ਦਿੰਦੇ ਉੱਥੇ? ਮਿਲਣ ਦਿੰਦੇ ਨੇ, ਇੱਥੋਂ ਏਮੇਲ ਪਾਈ ਦੀ ਹੈ, ਏਮੇਲ ਪਾ ਕੇ ਡੀਸੀ ਨੂੰ, ਉਹ ਉੱਧਰ ਡਿਬਰੂਗੜ੍ਹ ਜੇਲ੍ਹ ਚਲੀ ਜਾਂਦੀ, ਉਹ ਫਿਰ ਡਿਬਰੂਗੜ੍ਹ ਜੇਲ੍ਹ ਵਾਲੇ ਇੱਥੇ ਡੀਸੀ ਨੂੰ ਕਰਕੇ ਵਾਅਦਾ ਕਰ ਲੈਂਦੇ ਕਾਗਜ਼ ਪੱਤਰ ਜਿਵੇਂ ਮੈਨੂੰ ਕਰਨਾ ਹੋਵੇ। ਜਦੋਂ ਤੁਸੀਂ ਮਿਲ ਕੇ ਆਏ ਜਦੋਂ ਮਿਲ ਕੇ ਉਦੋਂ ਠੀਕ, ਕੋਈ ਗੱਲਬਾਤ ਹੀ ਨਹੀਂ, ਅਸੀਂ ਮੈਂ ਘੰਟਾ 3 ਘੰਟੇ 2.5-3 ਘੰਟੇ ਅਸੀਂ ਬੈਠੇ ਨੇ, ਜਿਵੇਂ ਮੈਂ ਤਾਂ ਬੈਠੇ, ਇਸ ਤਰ੍ਹਾਂ ਮੁਲਾਕਾਤ ਹੁੰਦੀ ਅੰਦਰ ਜਾ ਕੇ, ਕਿਹੜੀ ਬਾਹਰ ਹੁੰਦੀ ਹੈ, ਅੰਦਰ ਜਾ ਕੇ ਮੁਲਾਕਾਤ ਹੁੰਦੀ ਹੈ, ਉੱਥੇ ਸਾਨੂੰ ਇਸ ਤਰ੍ਹਾਂ ਕਈ ਵਾਰ ਹੱਸਦੇ ਹਨ, ਚਾਹ ਪਾਣੀ ਅੱਗੇ ਪਿਆ ਦਿੰਦੇ ਜਦੋਂ ਤਾਂ ਕੈਮਰੇ ਕੋਲ ਲੈ, ਉਦੋਂ ਪਿੱਛੇ ਚਾਹ ਪਾਣੀ ਤਾਂ ਉਹ ਥੋੜ੍ਹੀ ਰੋਕ ਟੋਕ ਅਤੇ ਚਾਹ ਪਾਣੀ ਤਾਂ ਉਹ ਅੱਗੇ ਸਾਨੂੰ ਵਿਚਾਰੇ ਪੁਲਿਸ ਵਾਲੀ ਪਿਆ ਦਿੰਦੇ ਸੀ, ਉੱਥੋਂ ਦੇ ਜਾਂ ਪ੍ਰਧਾਨ ਸਿੰਘ ਉਹ ਹੀ ਪਿਆ ਦਿੰਦੇ ਸੀ, ਪਾਣੀ ਪੂਣੀ ਵਿਚਾਰੇ ਪਿਆ ਦਿੰਦੇ, ਸਾਰਾ ਕੁਝ ਕਰ ਲੈਂਦੇ, ਪੁਲਿਸ ਵਾਲੇ ਚੰਗੇ ਬੰਦੇ ਨੇ, ਅਸੀਂ ਕਿਉਂ ਮਾੜੀ ਆਖੀਏ, ਜੇ ਚੰਗੀ ਚੀਜ਼ ਨੂੰ ਚੰਗੀ ਆਖਣਾ ਚਾਹੀਦਾ, ਉਹਨੂੰ ਕਿਉਂ ਅਸੀਂ ਮਾੜੀ ਆਖੀਏ, ਉਹ ਬਹੁਤ ਚੰਗੇ ਬੰਦੇ ਨੇ ਸਾਨੂੰ ਤਾਂ, ਜਿੰਨਾ ਆ ਪਿੱਛੇ ਨਾ ਥੋੜ੍ਹੀ ਪਰੇਸ਼ਾਨੀ ਕਰਦੇ ਸੀ ਜਦੋਂ ਆ ਕੈਮਰਿਆਂ ਕੁਮਰਿਆਂ ਦਾ ਆਪਾਂ ਨੂੰ ਪਿਆ, ਉਹ ਜਿਹੜਾ ਨਜਾਇਜ਼ ਨਾ ਬੰਦਾ, ਉਹ ਵੀ ਵਿਚਾਰਾ ਜਿਹੜਾ ਜੇਲ੍ਹ ਸੁਪਰਡੈਂਟ ਸੀ, ਉਹਨੂੰ ਵੀ ਜਾਣ ਕੇ ਨਾ ਜੇਲ੍ਹ ਉਸੇ ਜੇਲ੍ਹ 'ਚ ਰੱਖ ਛੱਡਿਆ, ਪਤਾ ਹੁਣ ਵਿਚਾਰਾ ਛੁੱਟ ਗਿਆ ਕਿ ਨਹੀਂ ਛੁੱਟ ਗਿਆ, ਹੁੰਦਾ ਉਹਦੇ ਬਾਰੇ ਨਹੀਂ ਸਾਨੂੰ ਪਤਾ, ਉਹ ਵੀ ਇਹਨਾਂ ਧੱਕਾ ਹੀ ਇਹਨਾਂ ਕੀਤਾ, ਸਰਕਾਰ ਆਪੇ ਲਵਾ ਲੈਂਦੀ ਹੈ, ਅਤੇ ਆਪੇ ਹੀ ਆ ਕੇ ਲਵਾ ਲੈਂਦੀ, ਹੁਣ ਜਿਹੜੇ ਸਰਕਾਰ ਦੇ ਥੱਲੇ ਬੰਦੇ ਨੂੰ ਜਿਹੜਾ ਕੰਮ ਆਪਾਂ ਨੇ ਆਖਣਾ ਉਹ ਹੀ ਹੋਣਾ, ਹੁਣ ਜਿਹੜਾ ਹੈਗਾ ਇਹ NSLI ਸਾਰਿਆਂ ਦੇ ਨੇ, ਇਹ ਭਗਵੰਤ ਮਾਨ ਇਹ ਹੁਣ DC ਅੰਮ੍ਰਿਤਸਰ ਵਾਲੇ ਵਾਖੇ, ਅੰਮ੍ਰਿਤਸਰ ਵਾਲਾ DC ਨੂੰ ਆਖਦੇ ਉਸੇ ਵੇਲੇ ਟੁੱਟ ਜਾਂਦੀ, 1 ਮਿੰਟ ਨਹੀਂ ਲੱਗਦਾ, ਉਹਨੇ ਇੱਕ ਅੱਖਰ ਲਿਖ ਦੇਣਾ ਵੀ ਟੁੱਟ ਜਾਣੀ ਉਸੇ ਵੇਲੇ, ਇਹ ਲਵਾਈ ਵੀ ਇਹਨੇ ਆ ਭਗਵੰਤ ਮਾਨ ਨੇ, ਉਤਲੀ ਸਰਕਾਰ ਨੇ ਲਵਾਈ, ਇੱਥੇ ਭਗਵੰਤ ਮਾਨ ਨੇ ਲਵਾਈ ਹੈ, ਇਹ ਹੁਣ ਵੀ ਸਾਨੂੰ ਆਉਂਦੇ ਨੇ, ਇਹ DC ਨੇ ਤੋੜਨੀ ਕਦੋਂ ਮਰਜ਼ੀ ਤੋੜਦੇ, ਪਰ ਆਖਣਾ ਉਹਨਾਂ ਪੈਣਾ, ਜਿਵੇਂ ਹੁਣ ਇੱਕ
ਆਪਾਂ ਸੀਰੀ ਰੱਖਿਆ ਅਤੇ ਉਹਨੂੰ ਜੇ ਆਪਾਂ ਆਖਾਂਗੇ ਉਹ ਮੂੰਹਾਂ ਬੰਨਿਆ ਤਾਂ ਉਹਨੇ ਬੰਨ ਹੋਣਾ, ਜੇ ਉਹਨੂੰ ਆਖਣ ਛੱਡਣਾ ਛੱਡ, ਜੇ ਉਹਨੇ ਆਖਿਆ ਨਹੀਂ ਛੱਡਣਾ ਨਹੀਂ ਛੱਡਣਾ, ਉਹ ਆਪਣੇ ਆਖੇ 'ਤੇ ਸੀਰੀ ਨੇ ਕੰਮ ਕਰਨਾ। ਇਹ ਸਰ ਸਰਕਾਰਾਂ ਦਾ ਹੈ, ਜੇ ਸਰਕਾਰ ਆਖਦੇਗੀ ਡੀ ਸੀ ਨੂੰ, ਇਹ ਭਗਵੰਤ ਮਾਨ ਆਖਦੇਗਾ ਵੀ ਆਪਾਂ ਖਰਜ ਕਰ ਦਈਏ ਤਾਂ ਖਰਜ ਹੋ ਜਾਣੀ, ਜੇ ਉਹਨੇ ਆਖਿਆ ਨਹੀਂ ਇਹਨਾਂ ਪਤੂੜ ਨਹੀਂ ਗਾ ਨਵੀਂ ਲਾ ਦੇ, ਨਵੀਂ ਲੱਗੀ ਜਾਣੀ। ਹੁਣ ਸਾਲ ਪਹਿਲਾਂ ਇਹਨੇ ਪਹਿਲਾਂ ਸਾਲ ਇਹਨਾਂ ਇੱਕ ਅਪੀਲ, ਅਸੀਂ ਇਹ ਕਰਨੇ ਹਾਂ ਸਰਕਾਰ ਨੂੰ, ਅਸੀਂ ਤਾਂ ਵੱਧ ਤੋਂ ਵੱਧ ਅਪੀਲ ਕਰਨੇ ਹਾਂ ਵੀ ਵੱਧ ਤੋਂ ਵੱਧ, ਪਹਿਲਾਂ ਤਾਂ ਸਾਨੂੰ ਆ ਜਿਹੜਾ ਅੱਜ ਸਾਨੂੰ ਇਹਨਾਂ ਭਰਮ ਪਾ ਦਿੱਤਾ ਵੀ ਉਹਦਾ ਪੇਟ ਖਰਾਬ, ਤੁਸੀਂ ਆਖਿਆ ਵੀ ਦਿਮਾਗੀ ਹਾਲਤ ਹੁੰਦੀ ਇਹ 'ਚ ਫਰਕੇ, ਅਸੀਂ ਕਹਿੰਦੇ ਮਹਾਰਾਜ ਨਾ ਹੀ ਵੀ ਇਹੋ ਜਿਹਾ ਕੰਮ ਕਰੇ ਸੱਚੇ ਪਾਤਸ਼ਾਹ, ਅਸੀਂ ਗੁਰੂ ਰਾਮਦਾਸ ਨੂੰ ਮੰਨ ਲਿਆ ਗੁਰੂ ਪਾਤਸ਼ਾਹ ਨੂੰ, ਇਹੋ ਜਿਹਾ ਕੰਮ ਹੋਣਾ ਹੀ ਨਹੀਂ ਗਾ, ਸਾਨੂੰ ਪਤਾ ਨਹੀਂ ਹੋਣਾ, ਗੁਰੂ ਸਾਡੇ ਨਾਲ ਹੈ, ਸਾਡਾ ਪਰਮਾਤਮਾ ਸਾਡਾ ਭਰੋਸਾ ਹੁੰਦੇ ਗੁਰੂ ਸਾਡੇ 'ਤੇ, ਸਾਡਾ ਗੁਰੂ ਬਹੁਤ ਤਗੜਾ ਹੈ, ਜਿੰਨਾ ਇਹ ਸਾਡੇ ਗੁਰੂ 'ਤੇ ਭਰੋਸਾ, ਇੰਨਾ ਸਾਨੂੰ ਕਿਸੇ ਬੰਦੇ 'ਤੇ ਨਹੀਂ ਭਰੋਸਾ, ਸਾਨੂੰ ਬੰਦੇ 'ਤੇ ਨਹੀਂ ਭਰੋਸਾ, ਇੱਕ ਦਾ ਕਰੋੜਾਂ ਰੁਪਈਏ ਪਏ ਹੋਣ, ਇੱਕ ਦਾ ਸਾਡਾ ਗੁਰੂ ਹੋ, ਸਾਨੂੰ ਗੁਰੂ 'ਤੇ ਭਰੋਸਾ, ਕਰੋੜਾਂ ਰੁਪਈਆਂ 'ਤੇ ਸਾਨੂੰ ਭਰੋਸਾ ਨਹੀਂ ਆਉਣਾ। ਅਤੇ ਇਹ ਮੈਂ ਸਰਕਾਰ ਨੂੰ ਆਉਣਾ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਜੇਲ੍ਹ ਸੁਪਰਡੈਂਟੇ ਜੇ ਜੇਲ੍ਹ ਜਿਹੜੀ ਸਾਂਭਦੀ ਉਹ ਸਾਨੂੰ ਉਹਦੇ 'ਚੋਂ ਉਹ ਪੁੱਛ ਕੇ ਸਾਨੂੰ ਸਿੱਧੀ ਉਹਦੇ ਸਾਡੇ ਮੁੰਡੇ ਨਾਲ ਗੱਲ ਕਰਾਈ ਜਾਵੇ ਵੀ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਮੁੰਡਾ ਕਿਹੜੀ ਹਾਲਤ 'ਚ, ਚੰਗੀ 'ਚ ਕਿ ਮਾੜੀ 'ਚ, ਸਾਨੂੰ ਆਪੇ ਉਹਨੇ ਜਦੋਂ ਗੱਲ ਦੱਸੀ ਸਾਨੂੰ ਆਪੇ ਪਤਾ ਲੱਗ ਜਾਣਾ ਉਹ ਚੰਗੀ 'ਚ ਕਿ ਮਾੜੀ 'ਚ। ਫਿਰ ਸਰਕਾਰਾਂ ਨੂੰ ਇਹ ਗੱਲ ਅਸੀਂ ਇਹ ਵਾਰ ਵਾਰ ਆਉਣੇ ਹਾਂ, ਅੱਬਲ ਤਾਂ ਉਹਨਾਂ ਨੂੰ ਛੱਡਣਾ ਚਾਹੀਦਾ, ਤਰਨ 'ਤੇ ਛੱਡਣਾ ਚਾਹੀਦਾ, ਕੋਈ ਗੁਨਾਹ ਨਹੀਂ ਹੈਗਾ, ਜੇ ਗੁਨਾਹ ਤਾਂ ਲੋਕਾਂ ਦੇ ਜੱਗ ਜ਼ਾਹਰ ਕਰਨ, ਅਤੇ ਨਹੀਂ ਗਿਣਾ ਤਾਂ ਉਹਨਾਂ ਨੂੰ ਇੱਧਰ ਅੱਬਲ ਤਾਂ ਛੱਡਣ, ਨਹੀਂ ਤਾਂ ਇੱਧਰਲੇ ਜੇਲ੍ਹ ਕਿਸੇ 'ਚ ਮਰਜ਼ੀ ਲੈ ਆਉਣਾ, ਅਸੀਂ ਇਹ ਨਹੀਂ ਆਉਂਦੇ ਹੁਣੇ ਜਾਂਦੇ ਛੱਡ ਦਿਓ ਨਾ ਰਸਤੇ ਲਾ ਦਿਓ, ਅਸੀਂ ਆਨੇ ਇੱਧਰ ਕਿਹੜੀ ਮਰਜ਼ੀ ਜੇਲ੍ਹ 'ਚ ਲੈ ਆਉਣ, ਸਾਨੂੰ ਇਹ ਤਾਂ ਸੌਖਾ ਹੈ ਮਿਲਣਾ ਵੀ ਅਸੀਂ ਇੱਥੇ ਜਾ ਕੇ ਮਿਲਾਵਾਂ ਕਰਾਂਗੇ, ਜਦ ਜਦੋਂ ਸਰਕਾਰ ਨੇ ਛੱਡਣਾ ਆਪਣੀ ਮਰਜ਼ੀ ਨਾਲ ਛੱਡ ਦੇਵੇ, ਅਤੇ ਅਸੀਂ ਤਾਂ ਇਹ ਮੈਂ ਅਪੀਲ ਕਰਨਾ ਤੁਹਾਡੇ ਰਾਹੀਂ ਬਈ ਇੱਕ ਤਾਂ ਇੱਧਰ ਲੈ ਆਉਣ ਛੇਤੀ ਤੋਂ ਛੇਤੀ, ਅਤੇ ਇੱਕ ਉਹ ਜਿਹੜਾ ਸਾਨੂੰ ਇਹ ਜਿਹੜਾ ਆਪਣੇ ਇਹਦੇ ਮੋਬਾਈਲ 'ਤੇ ਸਾਨੂੰ ਕਹਿੰਦੇ ਨਾ ਅੱਜ ਸਵੇਰ ਗੱਲ ਜ਼ਰੂਰ ਕਰਾਈ ਜਾਵੇ, ਅਸੀਂ ਤੁਹਾਡੇ ਰਾਹੀਂ ਆਹ ਗੱਲ ਨੂੰ ਸਰਕਾਰ ਦੇ ਉੱਧਰਲੀ ਨੂੰ ਆਉਣੇ ਆਸਾਮ ਦੀ ਨੂੰ ਵੀ ਸਾਨੂੰ ਗੱਲ ਕਰਾਈ ਜਾਏ, ਇੱਧਰਲੇ ਭਗਵੰਤ ਮਾਨ ਨੂੰ ਵੀ ਆਉਣੇ ਆ, ਤੂੰ ਉਹਨਾਂ ਆ ਕੇ ਸਾਡੀ ਗੱਲ ਕਰਵਾ ਅਤੇ ਉਹ ਸਾਡੇ ਮੁੰਡੇ ਦਾ ਤੂੰ ਪਤਾ ਲੈ ਕੇ ਦੱਸ ਵੀ ਸਾਡਾ ਮੁੰਡਾ ਕਿਹੜੀ ਹਾਲਤ 'ਚ। Subscribe to One India channel and never miss an update.